केजरीवाल साहब मान साहब तो औखे ने, मान साहब केजरीवाल साहब तो औखे ने। मैं कहना मैं उस सिरसा साहब की आ रहा हाँ। सिरसा साहब मैं लगता है भी राजनीति घट करते हैं, तो ज्योतिष नहीं चलती होंगी हैगी। जे सही मायने दे विच तुसीं राज करना है तो लोगों के दिलों से राज करना सिखो, आपके पैसे के जोर के उपर लोगों और विधायकों खरीदने की कोशिश ना करे बीजेपी। देखो देखो भाजपा साहब गल है एक सुनता लो एक मिनट गल है के आम आदमी पार्टी वह पार्टी है अरविंद केजरीवाल जी के मान साहब वह लीडर ने जिन्होंने आम घर के धियां पुतों वो लोग जिन्होंने कदे सोचा भी नहीं सी एम सी या सरपंच बन जाएंगे उन्होंने एम एल ए ते मंत्री बनाता। हुण जिहड़ी तुसीं गल कर रहे हो भी इह उदों दी गल है जदों सरकार बनी सी आम आदमी पार्टी के एम एल ए खुद आप बड़े औखे सीगे, ये तुसीं बड़ी डूंघी अंदरलियां गल्लां कर रहे हो, तुहानूं किहने दसता मेरी गल नूं समझो। गल बड़ी स्पष्ट है, सुनो गल बड़ी सुन तां लो एक मिनट महाराज, गल बड़ी स्पष्ट है, गल बड़ी क्लीयर है। आम आदमी पार्टी के एम एल ए ने जिहड़े वो पूरी इमानदारी दे नाल ते कट्टर तरीके दे नाल अरविंद केजरीवाल जी दे नाल मान साहब दे नाल ते पंजाब दे लोकां दे नाल खड़े ने। हुण जे किसे नूं इह गल कोई फैलाउण दी कोशिश करदा कि आम आदमी पार्टी दे बंदे औखे ने, आम आदमी पार्टी दे लीडर नहीं औखे हैगे, एम एल ए औखे नहीं हैगे, वह लोग औखे ने कांग्रसी अकाली या वह करप्ट अफसर जिन्हां दी दुकानदारियां बंद हो गईयां। सो इस करके इन्नियां ਜਿਹੜੀਆਂ ਡੂੰਘੀਆਂ ਗੱਲਾਂ ਤੁਸੀਂ ਕੀਤੀਆਂ ਨੇ ਇਹੋ ਜਿਹੀ ਕੋਈ ਗੱਲ ਨਹੀਂ ਹੈ। ਅਰੋੜਾ ਸਾਹਿਬ ਮਨਿੰਦਰ ਸਿਰਸਾ ਲਗਾਤਾਰ ਬੋਲਦੇ ਨੇ, ਹੁਣ ਉਹ ਕਹਿੰਦੇ ਵੀ ਔਖੇ ਤੁਸੀਂ ਤੁਹਾਡੇ ਲੀਡਰਸ਼ਿਪ ਅੰਦਰੋਂ ਅੰਦਰੀ ਆਪਸ ਚ ਔਖੀ ਆ। ਉਹ ਕਹਿੰਦੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਔਖੇ ਨੇ ਆਪਸ ਦੇ ਵਿੱਚ, ਕੇਜਰੀਵਾਲ ਕਹਿੰਦੇ ਭਗਵੰਤ ਮਾਨ ਤੋਂ ਨਾਰਾਜ਼ ਹੈ ਕਿਉਂਕਿ ਕਹਿੰਦੇ ਮਨੀਸ਼ ਸੋਦੀਆ ਦੇ ਮਾਮਲੇ 'ਚ ਭਗਵੰਤ ਮਾਨ ਨਾਲ ਨਹੀਂ ਖੜੇ, ਇਸ ਕਰਕੇ ਉਹਨੇ ਮਾਨ ਸਾਹਿਬ ਨੂੰ ਹਟਾਉਣ ਨੂੰ ਫਿਰਦੇ ਹੋ। ਇਹ ਜਿਨ੍ਹਾਂ ਦਾ ਇੱਕ ਮਿੰਟ ਜੀ ਇੱਕ ਮਿੰਟ ਤੁਸੀਂ ਜਿਹਨੇ ਮਰਜ਼ੀ ਸਵਾਲ ਕਰ ਲਓ, ਮੈਨੂੰ ਬੋਲ ਤਾਂ ਲੈਣ ਦੋ ਮਿੰਟ। ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਕੇਜਰੀਵਾਲ ਸਾਹਿਬ ਮਾਨ ਸਾਹਿਬ ਤੋਂ ਔਖੇ ਨੇ, ਮਾਨ ਸਾਹਿਬ ਕੇਜਰੀਵਾਲ ਸਾਹਿਬ ਤੋਂ ਔਖੇ ਨੇ, ਸਿਰਸਾ ਸਾਹਿਬ ਕਹਿੰਦੇ ਸੀ, ਮੈਂ ਕਹਿੰਦਾ ਮੈਂ ਉਹ ਸਿਰਸਾ ਸਾਹਿਬ ਦੀ ਆ ਰਿਹਾ। ਸਿਰਸਾ ਸਾਹਿਬ ਮੈਨੂੰ ਐਂ ਲੱਗਦਾ ਵੀ ਰਾਜਨੀਤੀ ਘੱਟ ਕਰਦੇ ਨੇ ਅਤੇ ਜੋਤਿਸ਼ਪਣਾ ਵੱਧ ਕਰਦੇ ਨੇ। ਉਹ ਸਾਡਾ ਕਿਹੜਾ ਕੀ ਤੋਂ ਔਖਾ ਇਹ ਤਾਂ ਛੱਡਣਾ, ਉਹਨਾਂ ਦੀ ਆਪਦੀ ਪਾਰਟੀ ਜਿਹਦੇ 'ਚ ਬੀਜੇਪੀ 'ਚ ਗਏ ਨੇ ਉਹ ਜਾ ਕੇ ਕਦੇ ਘੰਟਾ ਕੱਢ ਕੇ ਅਟਲ ਤੁਹਾਡੇ ਅਡਵਾਨੀ ਸਾਹਿਬ ਕੋਲ ਅਤੇ ਮੁਰਲੀ ਮਨੋਹਰ ਜੋਸ਼ੀ ਸਾਹਿਬ ਦੇ ਕੋਲ ਬਹਿ ਕੇ ਪੁੱਛ ਲੈਣ ਉਹ ਕਿੰਨੇ ਕੁ ਸੌਖੇ ਨੇ, ਉਹ ਕਿੰਨੇ ਕੁ ਖੁਸ਼ ਨੇ। ਸੋ ਆਪਦਾ ਘਰ ਸੰਭਾਲਣ ਉਹ, ਸਾਡਾ ਸਾਡੀ ਪੋਲੀਟੀਕਲ ਪਾਰਟੀ ਨਹੀਂ ਹੈਗੀ ਜੀ, ਸਾਡੀ ਸਾਡਾ ਇੱਕ ਪਰਿਵਾਰ ਹੈ ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਸਾਡੇ ਮੁਖੀ ਨੇ, ਭਗਵੰਤ ਮਾਨ ਜੀ ਸਾਡੇ ਪਰਿਵਾਰ ਦੇ ਪੰਜਾਬ ਦੇ ਹੈੱਡ ਨੇ। ਜੇ ਸਾਡਾ ਕੋਈ ਅੱਜ ਅਮਨ ਅਰੋੜੇ ਨੂੰ ਕੋਈ ਦਿੱਕਤ ਹੈ ਨਾ ਜੀ, ਅਤੇ ਅਮਨ ਅਰੋੜੇ ਕੋਲ ਅਤੇ ਅਮਨ ਅਰੋੜੇ ਵਾਂਗੂ ਬਾਕੀ 99 ਐੱਮ ਐੱਲ ਏ ਕੋਲ ਵੀ ਇਹ ਹੱਕ ਹੈਗਾ ਕਿ ਭਗਵੰਤ ਮਾਨ ਜੀ ਦਾ ਅਤੇ ਅਰਵਿੰਦ ਕੇਜਰੀਵਾਲ ਜੀ ਦਾ ਬਾਂਹ ਫੜ ਕੇ ਅਸੀਂ ਉਹਨਾਂ ਨਾਲ ਗੱਲ ਕਰ ਵੀ ਲੈਂਦੇ ਹਾਂ ਅਤੇ ਅਸੀਂ ਆਪਦਾ ਦੁੱਖ ਸੁੱਖ ਵੀ ਕਰ ਲੈਂਦੇ ਹਾਂ, ਅਸੀਂ ਆਪਦੀ ਗੱਲ ਵੀ ਰੱਖ ਦਿੰਦੇ ਹਾਂ। ਸੋ ਇਹ ਬੀਜੇਪੀ ਵਾਲਾ ਕਲਚਰ ਨਹੀਂ ਹੈਗਾ, ਇੱਕ ਪਰਿਵਾਰ ਹੈ। ਕਾਂਗਰਸ ਇਹ ਵੀ ਕਹਿੰਦੀ ਹੈ ਕਿ ਫੌਜਾ ਸਿੰਘ ਸਰਾਰੀ ਹੋਰਾਂ ਵਾਲਾ ਮਾਮਲਾ ਜਿਹੜਾ ਜ਼ਿਆਦਾ ਚੱਲ ਰਿਹਾ, ਇਸ ਕਰਕੇ ਉਹ ਕਹਿੰਦੇ ਇਹ ਚੀਜ਼ਾਂ ਇਸ ਤਰ੍ਹਾਂ ਦੀਆਂ ਕਰ ਰਹੇ ਨੇ। ਦੇਖੋ ਇਸ ਤਰ੍ਹਾਂ ਹੈ ਕਿ ਕਾਂਗਰਸ ਕੀ ਕਹਿੰਦੀ ਹੈ ਉਹ ਮੈਟਰ ਨਹੀਂ ਕਰਦਾ ਹੈਗਾ, ਕਾਂਗਰਸ ਨੇ ਪਿਛਲੇ 5 ਸਾਲ ਕੀ ਕੀਤਾ ਉਹ ਮੈਟਰ ਕਰਦਾ, ਜਿਹਦੀ ਵਜ੍ਹਾ ਕਰਕੇ ਉਹ 80-82 ਸੀਟਾਂ ਤੋਂ ਉਹ ਮਹਿਜ 18 ਸੀਟਾਂ ਦੇ ਉੱਪਰ ਸਿਮਟ ਗਏ। ਅੱਜ ਉਹਨਾਂ ਦੀ ਅੱਧੀ ਕੁ ਲੀਡਰਸ਼ਿਪ ਤਾਂ ਮੇਰੇ ਖਿਆਲ 'ਚ ਬੀਜੇਪੀ 'ਚ ਵੱਗ ਗਈ, ਕੁਛ ਅੰਦਰ ਵੱਗ ਗਈ ਅਤੇ ਮੈਨੂੰ ਲੱਗਦਾ ਬਾਹਰ ਕੁਛ ਕੁ ਚਿੰਨ ਗਿਣੇ ਚੁਣੇ ਹੀ ਬਚਦੇ ਨੇ। ਇੱਕ ਮਿੰਟ ਜੀ, ਹਾਂਜੀ ਸੋ ਇਸ ਕਰਕੇ ਉਹ ਆਪਣੇ ਕਰਤੂਤਾਂ ਨੂੰ ਢੱਕਣ ਦੇ ਮਾਰੇ, ਆਪਣੀਆਂ 5 ਸਾਲ ਦੀਆਂ ਕਾਰਗੁਜ਼ਾਰੀਆਂ ਨੂੰ ਢੱਕਣ ਦੇ ਮਾਰੇ ਸਾਡੇ ਕੰਨੀ ਉਂਗਲਾਂ ਨਾ ਕਰਨ। ਲੋਕ ਦੇਖਦੇ ਨੇ ਜਦੋਂ ਉਂਗਲ ਸਾਡੇ ਕੰਨੀ ਕਰਦੇ ਨੇ ਇੱਕ ਅਤੇ 3 ਉਹਨਾਂ ਕੰਨੀ ਵੀ ਹੁੰਦੀਆਂ ਨੇ। ਅਸੀਂ ਇਹ ਕਹਿੰਦੇ ਹਾਂ, ਕਲੇਮ ਕਰਦੇ ਹਾਂ, ਤੁਸੀਂ ਇਹਨੂੰ ਡਿਨਾਈ ਕਰੋ ਜੀ। ਤੁਸੀਂ ਮੈਨੂੰ, ਚਲੋ ਮੈਂ ਮੇਰੀ ਗੱਲ ਛੱਡੋ, ਘੁਮਿਆਰੀ ਤਾਂ ਆਪਦੇ ਸੁਣ ਤਾਂ ਲਓ ਘੁਮਿਆਰੀ ਤਾਂ ਆਪਦੇ ਭਾਂਡੇ ਨੂੰ ਸਰਾਉਂਦੀ ਹੁੰਦੀ ਹੈ। ਮੈਂ ਵੀ ਕਹੂੰਗਾ ਅਤੇ ਮੇਰੇ ਵਰਗੇ ਜਿੰਨੇ ਹੋਰ
केजरीवाल साहब के मान साहब के आम आदमी पार्टी के सिपाही ने असी तो कहांगे कि असी कट्टर ईमानदार हाँ, तुम प्रूव करके दिखाओ भी साडे च कोई बेईमान है। सत्तर साल जो अज स्टैंड अरविंद केजरीवाल जी का भगवंत मान जी का पंजाब दे विच रहा है, अज तक किसी एक पार्टी का किसी एक लीडर का मैनू दिखा दो, मैं थोड़ी गल मान लूंगा। सो इस करके असी जो कहांगे तुसी उन्हों डिनाई करो, वो प्रूव करके दिखाओ। देखो इस तरह है कि उन्हां दी ऑडियो सामने आई, उहदे बारे हजे जिहड़ी उन्हां दी जो ऑडियो सामने आई है उहदा कोई भी ना तो उहदे बारे कोई कंप्लेंट एस एस पी दी अज आई है ना दित्ती गई है, नंबर वन। नंबर टू, अज की डेट के यहो जे बहुत सिस्टम्स ने जिदे टैंपरिंग जी हो जाती है। सो वॉट आई मीन टू से इज कि अंटिल एंड अनलैस उस ऑडियो टेप का जिदे उन्होंने ही आवाज़ हैगी एनालिसिस नहीं हो सकता है, उदों तक दैट इशू इज स्टेटस को, और जो पुष्टि हो जाती है वो मुताबक ही सीएम भगवंत मान जी और पार्टी की लीडरशिप है जो फैसला लेगी। देखो यह प्रैरोगेटिव होंगे है सीएम का, हैड कौन है पंजाब दे विच पार्टी का और गवर्नमेंट का, सीएम भगवंत मान। जो सीएम की अपनी तसली होगी उदो तो किसी मीडिया वाले नहीं पता सीगा, उदो तो किसी ओपोजिशन वाले नहीं पता सीगा, उन्हां दी तसली होई कि यह होया तो उन्होंने नाल दी नाल एक्शन ले लिया। हुण उहदी जिहड़ी वेरीफिकेशन है वॉइस दी होई नहीं है, नंबर वन। नंबर टू, हजे भगवंत मान जी खुद आप पंजाब दे विच इन्वेस्टमेंट लैण दे परपज़ दे नाल जर्मनी गए हुए ने। सो देर आर टू थिंग्स, एक वेरीफिकेशन होने दो, नंबर टू लेट सीएम साहब कम बैक। जो भगवंत मान जी वापस आते हैं वो जो भी फैक्ट्स होने मुताबक पार्टी की लीडरशिप के सलाह मशुरा करके फैसला लेंगे।